ਨੌਜਵਾਨ ਨੇ ਆਪਣੀ ਸਵਿਫਟ ਕਾਰ ਦੇ ਵਿੱਚ 3381 ਰੁਪਏ ਦਾ ਤੇਲ ਪਵਾਇਆ। ਜਦੋਂ ਕਰਿੰਦੇ ਨੇ ਪੈਸੇ ਮੰਗੇ ਤਾਂ ਇਹ ਉੱਥੋਂ ਫਰਾਰ ਹੋ ਗਿਆ। ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਧੋਖਾਧੜੀ ਕੀਤੀ ਗਈ। ਤਸਵੀਰਾਂ ਹੁਸ਼ਿਆਰਪੁਰ ਦੇ ਚੱਬੇਵਾਲ ਚੰਡੀਗੜ੍ਹ ਨੈਸ਼ਨਲ ਹਾਈਵੇ ਦੀਆਂ ਨੇ, ਜਿੱਥੇ ਇਹ ਪੈਟਰੋਲ ਪੰਪ ਸਥਿਤ ਹੈ। ਪਹਿਲਾਂ ਕੋਲ ਖੜ ਕੇ ਤੇਲ ਪਵਾਇਆ, ਜਦੋਂ ਕਰਿੰਦੇ ਨੇ ਪੈਸੇ ਮੰਗੇ ਤਾਂ ਨੌਜਵਾਨ ਕਰਿੰਦੇ ਨੂੰ ਸਵਾਈਪ ਮਸ਼ੀਨ ਲਿਆਉਣ ਦੇ ਲਈ ਕਹਿੰਦਾ। ਜਿਉਂ ਹੀ ਕਰਿੰਦਾ ਸਵਾਈਪ ਮਸ਼ੀਨ ਲਿਆਉਣ ਦੇ ਲਈ ਪੰਪ ਦੇ ਕੋਲ ਜਾਂਦਾ ਤਾਂ ਇਹ ਨੌਜਵਾਨ ਕਾਰ ਦੇ ਵਿੱਚ ਬੈਠ ਕੇ ਕਾਰ ਨੂੰ ਭਜਾ ਕੇ ਇੱਥੋਂ ਲੈ ਜਾਂਦਾ। ਹਾਲਾਂਕਿ ਕਰਿੰਦੇ ਦੇ ਵੱਲੋਂ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਨਾਕਾਮਯਾਬ ਰਿਹਾ, ਤਾਂ ਇਹ ਨੌਜਵਾਨ 3381 ਰੁਪਏ ਦਾ ਤੇਲ ਪਵਾ ਕੇ ਪੈਟਰੋਲ ਪੰਪ ਤੋਂ ਫਰਾਰ ਹੋ ਗਿਆ। ਸ਼ਾਤਰ ਤਰੀਕੇ ਦੇ ਨਾਲ ਇਸਨੇ ਕਾਰਨਾਮਾ ਕੀਤਾ, ਕੈਮਰੇ ਦੇ ਵਿੱਚ ਪੂਰੀ ਵਾਰਦਾਤ ਕੈਦ ਹੋਈ। ਨੌਜਵਾਨ ਦੀ ਭਾਲ ਵਾਸਤੇ ਹੁਣ ਪੁਲਿਸ ਦੀਆਂ ਟੀਮਾਂ ਤੈਨਾਤ ਹੋ ਚੁੱਕੀਆਂ ਨੇ। ਔਰ ਦੱਸਦੇ ਕਿ ਚਿੱਟੇ ਰੰਗ ਦੀ ਸਵਿਫਟ ਕਾਰ ਦੇ ਵਿੱਚ ਇਹ ਨੌਜਵਾਨ ਆਇਆ ਸੀ, ਜਿਸਨੇ 3381 ਰੁਪਏ ਦਾ ਤੇਲ ਪਵਾਇਆ ਕੋਲ ਖੜ ਕੇ, ਜਦੋਂ ਪੈਸੇ ਮੰਗੇ ਤਾਂ ਉੱਥੋਂ ਫਰਾਰ ਹੋ ਗਿਆ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ।